ਸੋਮਵਾਰ ਦਾ ਦਿਨ ਸੰਗਰੂਰ ਲਈ ਕਾਫੀ ਖਾਸ ਰਿਹਾ ਕਿਉਂਕਿ ਇਸ ਦਿਨ ਸ਼ਹਿਰ 'ਚ ਬੱਬੂ ਮਾਨ ਨੇ ਆਪਣੇ ਕੱਪੜਿਆਂ ਦੀ ਨਵੀਂ ਦੁਕਾਨ ਖੋਲ੍ਹ ਦਿੱਤੀ। ਇਸ ਮੌਕੇ ਜਿੱਥੇ ਲੋਕਾਂ ਨੇ ਬੱਬੂ ਮਾਨ ਨਾਲ ਖੂਬ ਫੋਟੋਆਂ ਖਿਚਵਾਈਆਂ, ਉੱਥੇ ਹੀ ਮਾਨ ਨੇ ਇਸ ਮੌਕੇ ਕਰਤਾਰਪੁਰ ਲਾਂਘੇ ਬਾਰੇ ਬੋਲਦਿਆਂ ਇਮਰਾਨ ਸਿੱਧੂ ਦੀ ਦੋਸਤੀ ਦੀ ਖੂਬ ਤਾਰੀਫ ਕੀਤੀ। ਦੇਖੋ, ਸਰਹੱਦ 'ਤੇ ਕਿਸੇ ਮਾਂ ਦਾ ਪੁੱਤ ਨਾ ਜਾਵੇ, ਔਰ ਮੈਨੂੰ ਲੱਗਦਾ ਕਿਸੇ ਵੀ ਸਰਹੱਦ 'ਤੇ ਲੋੜ ਹੀ ਨਾ ਪਵੇ ਰਾਖੀ ਦੀ, ਔਰ ਲੋਕ ਪਿਆਰ ਹੀ ਕਰਦੇ ਆ। ਇਹ ਚੰਦ ਬੰਦਿਆਂ ਦੀ ਈਗੋ ਹੁੰਦੀ ਹੈ, ਔਰ ਆਮ ਤੁਸੀਂ ਦੇਖੋ ਤੁਸੀਂ ਵੀ ਸਮਰਥਨ ਕਰਦੇ ਆ, ਜਿਹੜੇ ਹੱਦ ਤੋਂ ਪਾਰ ਉਹ ਵੀ ਸਮਰਥਨ ਕਰਦੇ ਆ, ਤਾਂ ਲੋਕ ਤਾਂ ਪਿਆਰ ਹੀ ਕਰਦੇ ਆ। ਇਹ ਤਾਂ ਸਾਨੂੰ ਲੀਡ ਕਰਨ ਵਾਲਿਆਂ ਦੀ ਡਿਊਟੀ ਬਣਦੀ ਹੈ ਕਿ ਲੜਾਈਆਂ ਲੜੂਈਆਂ ਇਹ ਸਦੀ ਹੈ ਨਹੀਂ, ਇਹ ਪਿਆਰ ਦੀ ਸਦੀ ਹੈ, ਪਿਆਰ ਨਾਲ ਦੁਨੀਆ ਜਿੱਤੀ ਜਾ ਸਕਦੀ ਹੈ। ਨਵਜੋਤ ਸਿੱਧੂ ਅਤੇ ਇਮਰਾਨ ਖਾਨ ਨੇ ਦੋਸਤੀ ਦੇ ਨਾਲ ਜਿਹੜਾ ਲਾਂਘਾ ਇੱਕ ਖੋਲ੍ਹਤਾ, ਜਿਹੜਾ ਇੰਨੇ ਸਾਲਾਂ ਦੇ ਵਿੱਚ ਨਹੀਂ ਖੁੱਲ੍ਹ ਸਕਿਆ ਸੀ, ਕਿਸ ਤਰ੍ਹਾਂ ਦੇ ਕਿ ਦੋਸਤੀ ਬੜੀ ਬੁਲੰਦ ਚੀਜ਼ ਹੁੰਦੀ ਹੈ, ਜਦੋਂ ਕਿਤੇ ਰੂਹ ਮਿਲ ਜਾਏ ਤਾਂ ਕਈ ਵੱਡੇ ਕੰਮ ਹੋ ਜਾਂਦੇ ਵੱਡੇ ਕੰਮ ਹੋ ਜਾਂਦੇ। ਇਸ ਦੇ ਨਾਲ ਹੀ ਆਪਣੀ ਨਵੀਂ ਦੁਕਾਨ ਬਾਰੇ ਬੱਬੂ ਮਾਨ ਨੇ ਕਿਹਾ ਕਿ ਇਹ ਸਟੋਰ ਕਮਾਈ ਲਈ ਨਹੀਂ ਸਗੋਂ ਮੁੰਡਿਆਂ ਨੂੰ ਰੋਜ਼ਗਾਰ ਦੇਣ ਲਈ ਖੋਲਿਆ ਗਿਆ ਤੇ ਕੋਈ ਵੀ ਬੰਦਾ ਕਦੇ ਵੀ ਨੋਟਿਸ ਭੇਜ ਕੇ ਉਹਨਾਂ ਤੋਂ ਸਾਰਾ ਹਿਸਾਬ ਵੀ ਲੈ ਸਕਦਾ ਹੈ। ਸਿਨੇਮਾ ਸਟੋਰ ਆ ਤੁਹਾਡਾ, ਇਹ ਕੀ ਸੋਚ ਕੇ ਜਿਹੜਾ ਤੁਸੀਂ ਆਪਣਾ ਬ੍ਰਾਂਡ ਸ਼ੁਰੂ ਕੀਤਾ? ਪੱਤਰਕਾਰ ਦੀ ਅੱਖ ਹੁੰਦੀ ਆ ਬਾਜ ਵਰਗੀ, ਤੁਹਾਨੂੰ ਇਹ ਨਹੀਂ ਪਤਾ ਕਿਨਮਾ ਸਟੋਰ ਹੈ ਯਾਰ, ਕੋਈ ਫਾਇਦਾ ਨਹੀਂ ਗੱਲ ਦਾ। ਤੁਹਾਡੇ ਅੱਖ ਦੇਖੋ ਇਹ ਸਟੋਰ ਵੀ ਤੁਹਾਡੇ ਹੈ, ਇਹ ਸਟੋਰ ਤੁਹਾਡੇ ਹੀ ਹੈ, ਇਹ ਕੋਈ ਪੈਸੇ ਬਣਾਉਣ ਦਾ ਵਸੀਲਾ ਨਹੀਂ, ਇਹ ਰੁਜ਼ਗਾਰ ਮੁਹੱਈਆ ਕਰਾਉਂਦੇ ਹਾਂ। ਤੁਸੀਂ ਕਦੇ ਵੀ, ਮੈਂ ਅਕਸਰ ਇਹ ਕਹਿੰਦਾ ਵੀ ਜਿੰਨਾ ਵੀ ਮੈਂ ਕੰਮ ਕਰ ਰਿਹਾ ਇਹ ਕੱਪੜਿਆਂ ਦਾ ਸੀ, ਤੁਸੀਂ ਕਦੇ ਵੀ ਕਾਨੂੰਨ ਕੋਈ ਨੋਟਿਸ ਭੇਜ ਕੇ ਪਤਾ ਕਰ ਸਕਦੇ ਹੋ ਇਹਦੇ 'ਚ ਕੀ ਕਮਾਉਂਦੇ ਆ, ਇਹ ਲੋਕਾਂ ਲਈ ਹੈ, ਮੇਰੇ ਲਈ ਕੁਛ ਆਹ ਹੁਣ ਸ਼ੋਪ ਆ ਜਿਹੜੀ ਹੁਣ ਸ਼ੋਪ ਆ, ਇੱਥੇ ਇੱਕ ਬੰਦਾ ਕੰਮ ਕਰੂਗਾ, ਇੱਕ ਇਹਨਾਂ ਦਾ ਹੈਲਪਰ, ਦੋ ਬੰਦੇ ਨੂੰ ਜੋਬ ਮਿਲ ਗਈ, ਜਿਹੜੇ ਬੰਦੇ ਪਿੱਛੇ ਘੱਟੋ ਘੱਟ 250 ਬੰਦਾ ਕੰਮ ਲੱਗਿਆ ਹੋਇਆ, ਸੋ 250 ਬੰਦੇ ਨੂੰ ਰੁਜ਼ਗਾਰ ਦੇ ਰਹੇ ਆਪਾਂ, ਇਹੀ ਮੇਨ ਮੰਤਵ ਹੈ। ਸਾਰਿਆਂ ਨੂੰ ਤੁਹਾਨੂੰ ਵੀ ਕਰਨਾ ਚਾਹੀਦਾ, ਦੇਖੋ ਤੁਹਾਡੀ ਕਿੰਨੀ ਸਮਰੱਥਾ, ਜੇ ਤੁਸੀਂ ਇੱਕ ਬੰਦੇ ਨੂੰ ਵੀ ਕੰਮ ਦੇ ਦੋਗੇ ਤਾਂ ਆਪਾਂ ਬੇਰੁਜ਼ਗਾਰੀ ਚੱਕ ਦਾਂਗੇ। ਵਿਦੇਸ਼ਾਂ 'ਚ ਵੀ ਆਪਣੇ ਮੁੰਡੇ ਜਾਂਦੇ ਹੈ, ਉਹ ਸਾਰੇ ਸੈੱਟ ਨਹੀਂ ਹੁੰਦੇ, ਜਿਹੜੇ ਤਾਂ ਬਹੁਤ ਜ਼ਿਆਦਾ ਹਾਰਡ ਵਰਕ ਕਰ ਸਕਦੇ ਆ ਉਹ ਤਾਂ ਹੋ ਜਾਂਦੇ ਆ, ਸਾਰੇ ਇੰਨਾ ਕੰਮ ਨਹੀਂ ਕਰ ਸਕਦੇ, ਉਹਨਾਂ ਲਈ ਔਖਾ ਹੋ ਜਾਂਦਾ ਉੱਥੇ। ਸੋ ਇਸ ਮੁਲਕ 'ਚ ਜੇ ਥੋੜ੍ਹੀ ਜਿਹੀ ਸੈਟਲਮੈਂਟ ਹੋ ਜਾਵੇ ਆਰਾਮ ਬਹੁਤ ਹੈ। ਫਿਲਹਾਲ ਸ਼ਹਿਰ 'ਚ ਖੰਡ ਵਾਲੇ ਮਾਨ ਦੀ ਨਵੀਂ ਦੁਕਾਨ ਦੇਖ ਲੋਕ ਕਾਫੀ ਖੁਸ਼ ਹੋ ਰਹੇ ਨੇ। ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਮਨਿੰਦਰ ਸਿੰਘ ਦੀ ਰਿਪੋਰਟ।